ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕੱਲਵਾਲ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਅਤੇ ਚੰਗੇ ਦੁੱਧ ਵਾਲੀਆਂ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ, ਅਤੇ 5 ਦੇ ਵਿੱਚ 4 ਸੂਈਆਂ। ਕਮਾਲ ਦੀ ਗੱਲ ਇਹ ਕਿ ਸਾਰਿਆਂ ਦੇ ਮਗਰ ਜਿਹੜੀਆਂ ਵੱਛੀਆਂ ਜਿਹੜੀਆਂ ਕਾਫੀ ਖੂਬਸੂਰਤ ਵੱਛੀਆਂ ਵਾ ਜਿਹੜੀਆਂ। ਇਹ ਦੇਖ ਸਕਦੇ ਇੱਕ ਵੱਛੀ ਉਹ ਵਾ, ਆਹ ਵੀ ਦੋਵੇਂ ਵੱਛੀਆਂ ਹੀ ਆ ਜਿਹੜੀਆਂ ਕਾਫੀ ਖੂਬਸੂਰਤ ਚੰਗੇ ਟੀਕੇ ਦੀਆਂ ਵੱਛੀਆਂ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਹਰਾਂ ਦੇ, ਪੁੱਛਦੇ ਹਾਂ ਸਾਰੇ ਜਿੱਤੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਸਿੰਘ ਜੀ, ਹੋਰ ਕੀ ਹਾਲ ਚਾਲ? ਵਧੀਆ ਵਧੀਆ, ਤੁਸੀਂ ਦੱਸੋ? ਹੋਰ ਸੁਣਾਓ? ਸਭ ਵਧੀਆ। ਹਾਂਜੀ, ਮੀਂਹ ਪੈਣ ਦਿਆ ਵਾ ਹਜੇ, ਅੱਜ ਐਰਕੀ ਬੜੇ ਦਿਨ ਪਾਤੇ ਜੀ। ਹਾਂਜੀ ਵੀ, ਉਹ ਉਤਰਾ ਵਿਕਦੀਆਂ ਗਈਆਂ ਤੇ। ਅੱਛਾ, ਕਿੱਥੇ ਮਾਲ ਕੱਲਿਆ ਹੁਣ ਫਿਰ? ਇਹ ਗਿਆ ਅੱਜ ਬਰਨਾਲੇ। ਅੱਛਾ, ਬਰਨਾਲੇ ਫਿਰ ਗਈਆਂ, ਉਦਣ ਵਿਕ ਗਿਆ ਸੀ ਮਾਲ ਜਿਹੜਾ ਆਪਾਂ ਪਾਈ ਸੀ ਵੀਡੀਓ। ਉਸ ਲਈ ਵਿਕ ਗਿਆ। ਠੀਕ ਆ, ਮਤਲਬ ਡਿਮਾਂਡ ਹੈਗੀ ਆ ਚੰਗੀਆਂ ਵੈੜਾਂ ਦੀ, ਹਨਾ? ਉਹ ਦੰਦਾਂ 'ਚ ਵੈੜਾ ਮੰਗਦੇ ਜੋ। ਅੱਛਾ, ਤੇ ਅੱਜ ਵੀ ਸਾਰੀਆਂ ਦੰਦਾਂ 'ਚ? ਇੱਕ ਉਹ ਥੋੜਾ ਬਰੀਡ ਦੇ ਮੰਨ ਲਓ ਮੰਗਦੇ ਡੰਗਰ। ਠੀਕ ਆ, ਠੀਕ ਆ, ਤੇ ਅੱਜ ਵੀ ਸਾਰੀਆਂ ਜਿਹੜੀਆਂ ਵੈੜਾਂ ਹੀ ਆ? ਹਾਂਜੀ, ਸਾਰੀਆਂ ਟੌਪ ਦੀਆਂ ਵੈੜਾਂ ਜੋ। ਠੀਕ, ਚਲੋ ਨਾਮ ਦੱਸ ਤੇ ਕਰੀ ਆਪਣਾ। ਮੇਰਾ ਨਾਮ ਜੋ ਡਾਕਟਰ ਬਿੱਟੂ। ਹਾਂਜੀ, ਪਿੰਡ ਕੋਲੋਵਾਲ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਫੋਨ ਨੰਬਰ ਹੈਗਾ 98 55 90 98 99। ਠੀਕ ਹੈ ਜੀ, ਤੇ ਆਪਾਂ ਨੂੰ ਖਾਸਾ ਵੀ ਲੱਗ ਪੈ ਜਾਂਦਾ ਤੇ ਘਰਿੰਡਾ ਵੀ ਲੱਗੇ, ਚੁਗਾਵਾਂ ਵੀ ਲੱਗੇ ਪੈ ਜਾਂਦੇ, ਲੋਪੋ ਕੇ ਚੁਗਾਵਾਂ ਵੀ ਲੱਗੇ, ਹਨਾ? ਠੀਕ ਹੈ ਜੀ, ਤੇ ਚਲੋ ਸ਼ੁਰੂਆਤ ਫਿਰ ਆ ਜਿਹੜੀ ਬਿਲਕੁਲ ਤਾਜ਼ੀ ਸੂਈ ਵੈੜੇ ਤੋਂ ਹੀ ਆਪਾਂ ਗੱਲ, ਰਾਤੀ ਸੂਈ ਜੋ ਜੀ, ਮਗਰ ਇਹਦੇ ਵੱਛੀ ਵੱਛੀ ਜੋ, ਹਾਂ ਦੇਖ ਸਕਦੇ ਕਾਫੀ ਖੂਬਸੂਰਤ ਵੱਛੀ ਆ, ਚੰਗੀ ਟਿਕੇ ਦੀ ਵੱਛੀ ਆ ਜਿਹੜੀ, ਤੇ ਹਾਈਟ ਲੈਂਥ ਕਾਫੀ ਚੰਗੀ ਆ, ਤੇ ਥਣ ਵੀ ਇਹਦੇ ਦੇਖ ਸਕਦੇ, ਚਾਰ ਦੰਦ ਜੋ ਹੈ। ਹਾਂ ਦੇਖ ਸਕਦੇ, ਅੱਛਾ ਚਾਰ ਦੰਦ ਆਏ। ਹਾਂਜੀ ਹਾਂਜੀ, ਚਾਰ ਦੰਦ ਵੱਛੀ। ਹਾਈਟ ਤੇ ਬੜੀ ਕਮਾਲ ਦੀ, ਹਨਾ? ਇਹਦੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਪਹਿਲੇ ਸੁਬਹ? 20 ਪਲੱਸ ਤਾਂ ਹੀ ਜਾਊਗੀ। ਅੱਛਾ, 20 ਪਲੱਸ ਜਿਹੜਾ ਚਵਾਈ ਜਾਊਗੀ। ਲਿਆਓ, ਇਹਦੇ ਨੇ 4 ਲੀਟਰੀ ਰਾਤੀ ਚੋਇਆ ਜੀ ਬਸ। ਅੱਛਾ, ਇੱਕੋ ਹੀ ਚਵਾਈ ਹੋਈ ਆ ਇਹਦੀ? ਇੱਕੋ ਹੀ ਚਵਾਈ ਹੋਈ ਆ, ਤੇ 4 ਲੀਟਰ ਜਿਹੜਾ ਕਹਿੰਦੇ ਕਿ ਚੋਇਆ। ਬਾਕੀ ਦੇਖ ਸਕਦੇ ਜੀ ਹਾਈਟ ਦੀ ਜਿਹੜੀ ਕਾਫੀ ਚੰਗੀ, ਥੋੜਾ ਝੱਬੂਦਾ ਕਰਦੀ ਤੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ, ਜੋ ਖੁੱਲੀ ਰਹੀ ਹੈ ਅਗਲੇ ਫਾਰਮ ਫੁਰਮ ਚਵਾਈ ਹੈ। ਠੀਕ ਹੈ, ਝੱਬੂ ਤਾਂ ਥੋੜਾ ਘੱਟ ਤੁਰਦੀ ਹੈ। ਬਾਕੀ ਉਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਚਿਹਰੇ ਤੋਂ ਕਾਫੀ ਖੂਬਸੂਰਤ ਹੈ। ਹਾਈਟ ਇਹਦੀ ਵੀ ਦੀ, ਉਹਨਾਂ ਦੀ ਹਾਈਟ ਤਾਂ ਵੀ ਇੱਕ ਹੀ ਦੇਈ ਜਾਣ। ਲੈ ਜਾਵੇ ਜੀ ਇੱਕ, ਬਾਕੀ ਕੁਛ ਕੁਛ ਭਲਾਂ ਵੀ ਜਿਹੜੀਆਂ ਹਵਾਨੇ 'ਤੇ ਹੈਗੀਆਂ, ਹਲੇ ਇੱਕੋ ਚਵਾਈ ਜਿਹੜੀ ਇਹਦੀ ਹੋਈ ਹੈ। ਹਾਈਟ ਜਿਹੜੀ ਕਾਫੀ ਚੰਗੀ ਹੈ ਇਹਦੀ, ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ? ਆਪਾਂ ਇਹਦਾ ਵੀਰ ਜੀ 85,000 ਰੁਪਇਆ ਮੰਗਦਾ ਜੀ। 85,000 ਕਰਨਾ ਵਿੱਚ ਮਾਨਤਨ? ਹਾਂਜੀ, ਉਹਦੇ ਮੌਕੇ ਤੇ ਹੋ ਜਾਊਗਾ ਨਾ, ਕੋਈ ਵੀਰ ਭਰਾ ਫੋਨ ਲਾਵੇ ਤੇ। ਅੱਛਾ, ਮਾਨਤਨ ਖੁੱਲਾ ਹੀ ਹੋ ਜਾਊਗਾ। ਬਾਕੀ ਇਹ ਹੈ ਕਿ ਜਿਹੋ ਜਿਹੀ ਚੀਜ਼ ਆ ਉਹੋ ਜਿਹੇ ਫਿਰ ਜਿਹੜਾ ਮੁੱਲ ਪੈਣਾ ਵਾ। ਬਾਕੀ ਕੋਈ ਵੀਰ, ਬਾਕੀ ਮਗਰ ਵੱਛੀ ਵੀ ਬੜੀ ਕਮਾਲ ਦੀ ਆ, ਤੇ ਆਪ ਵੀ ਵੈੜ ਜਿਹੜੀ ਸੋਹਣੀ ਆ, ਪਹਿਲਾ ਸੂਆ ਆ, ਹਾਈਟ ਲੈਂਥ ਦੀ ਚੰਗੀ ਹੈ। ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰੇ, ਕੋਈ ਫੋਨ ਲਾਵੇ ਸੌਦਾ ਤੇ ਆਪੇ ਫਿਰ ਮੌਕੇ ਤੇ ਹੋ ਹੀ ਜਾਊਗਾ। ਹਵਾਨਾ ਗਾਣ ਵੀ ਚੰਗਾ ਤਿਆਰ ਕੀਤਾ। ਠੀਕ ਆ, ਤੇ ਹੁਣ ਇੱਕ ਹੋਰ ਜਿਹੜੀ ਆ ਇਹ ਵੀ ਦੇਖ ਸਕਦੇ ਜੀ, ਬਿਲਕੁਲ ਕੰਪੈਕਟ ਜਿਹੀ ਆਰਡਰ ਦੀ ਆ ਜਿਹੜੀ। ਇਹਨੂੰ ਕਿੰਨਾ ਚਿਰ ਹੋ ਗਿਆ ਵਿੱਧੀ ਸੂਈ ਨੂੰ? ਇਹਨੂੰ ਹੋ ਗਏ ਜੀ 5-6 ਦਿਨ ਹੋ ਗਏ ਜੀ। ਤੇ ਇਹਦੇ ਮਗਰ ਵੀ ਵੱਛੀ? ਇਹਦੇ ਮਗਰ ਹੀ ਵੱਛੀ ਉਹ ਬਲੈਕ। ਅੱਛਾ,
ਉਹ ਵੇਖੋ ਵੱਛੀ ਦੀ ਬੇਲ ਬੂਲ ਵੇਖੋ ਕਿੰਨੀ ਲੰਮੀ ਆ ਤੇ ਹਾਈਟ ਲੈਂਥ ਹੁਣ ਤਾਂ ਵੱਛੀ ਦੀ ਜਿਹੜੀ ਚੰਗੀ ਆ ਵੱਛੀਆਂ ਵੀ ਮਗਰ ਜਿਹੜੀਆਂ ਚੰਗੀਆਂ ਸਾਂਭਣ ਵਾਲੀਆਂ ਵਾ ਚੰਗੇ ਰਿਕਾਰਡ ਵਾਲੀਆਂ ਵੱਛੀਆਂ ਵਾ ਜਿਹੜੀਆਂ ਵੱਛੀ ਦੀ ਆਪਾਂ ਜੱਤ ਵੀ ਦੇਖ ਸਕਦੇ ਬੜੀ ਪਿਆਰੀ 40-116 ਦਾ ਸੀਮਨ ਜੋ ਠੀਕ ਹੈ ਤੇ ਪੂਰੀ ਜਿਹੜੀ ਆ ਹੱਡਾ ਪੈਰਾਂ ਦੀ ਖੁੱਲੀ ਆ ਜਿਹੜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਵਧੀਆ ਇਸ ਸਮੇਂ ਤੇ 16 ਲੀਟਰ ਹੈਗਾ ਜੀ 16 ਲੀਟਰ ਤਿਆਰ ਆ ਤੇ ਅਜੇ ਬੋਲਾ ਹੀ ਆ ਮਨ ਅੱਛਾ ਕਿੰਨਾ ਕਿ ਚਵਾਈ ਜਾਊਗੀ ਇਹ ਇਹ 20 ਪਲੱਸ ਤੇ ਜਾਊਗੀ 20 ਤੇ ਜਾਊਗੀ ਅੱਛਾ ਤੇ ਸੁਵਾਇ ਦਾ ਵੀ ਪਹਿਲਾਂ ਹੀ ਹੈ ਨਾ ਵੇਖੋ ਬੂਤੀ ਬਾਤੀ ਵੇਖੋ ਲਿਆ ਖੋਲ ਹੀ ਦੋ ਹਾਂ ਤੋਰੀ ਦਈਏ ਬਾਕੀ ਇਹਦਾ ਵੀ ਚਿਹਰਾ ਕਾਫੀ ਪਿਆਰਾ ਥਣ ਦਿਖਾ ਦਈਏ ਤੁਹਾਨੂੰ ਬਾਕੀ ਆਹ ਥਣ ਦੇਖ ਸਕਦੇ ਪਸਮ ਕੇ ਥਣ ਜਿਹੜਾ ਚੰਗਾ ਤਿਆਰ ਕਰੂਗੀ ਵਧੀਆ ਹੱਥ ਨਾਲ ਵਧੀਆ ਚਵਾਈ ਹੋ ਜਾਂਦੀ ਹੈ ਦੂਸਰੇ ਪਾਸੇ ਤਾਂ ਥਣ ਦੇਖ ਸਕਦੇ ਜੀ ਪਸਮਾ ਕੇ ਥਣ ਵੀਰ ਜੀ ਕਰ ਜਾਂਦੀ ਪੂਰੇ ਵਧੀਆ ਠੀਕ ਹੈ ਜੀ ਤੇ ਉਸ ਤਰ੍ਹਾਂ ਥਣ ਤੁਹਾਨੂੰ ਪੂਰੇ ਹੀ ਆ ਕੋਈ ਵਾਧ ਘਾਟ ਠੀਕ ਹੈ ਜੀ ਲੈ ਜਾ ਫਿਰ ਬਾਕੀ ਇਹਦਾ ਵੀ ਪਹਿਲਾਂ ਹੀ ਸੂਆ ਵਾ ਬਿਲਕੁਲ ਕੰਪੈਕਟ ਜਿਹੀ ਹਵਾ ਦਿੰਦੀ ਆ ਜਿਹੜੀ ਬਾਕੀ ਕੋਈ ਗੱਬਣ ਆ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਆਪਣੀ ਜ਼ਿੰਮੇਵਾਰੀ ਤੇ ਆਪਣੀ ਵੇਖ ਕੇ ਬਾਕੀ ਕੱਦ ਕੱਠ ਪਿੱਠ ਪੁੜੇ ਤੋਂ ਜਿਹੜੀ ਚੰਗੀ ਆ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ 70,000 ਰੁਪਏ ਮੁੱਲ ਜੋ 70,000 ਵਿੱਚੋਂ ਕਰਨਾ ਮਾਨਤਾ ਮਾਨਤਾ ਨੇ ਖੁੱਲੇ ਹੀ ਹੋਣਗੇ ਸਾਰੀਆਂ ਚ ਹਾਂਜੀ ਹਾਂਜੀ ਠੀਕ ਆ ਜੀ ਤੇ ਹੁਣ ਜਿਹੜੀ ਇੱਕ ਹੋਰ ਆ ਸੂਈ ਸਵਾਈ ਆ ਇਹਦੇ ਵੀ ਥਣ ਦੇਖ ਸਕਦੇ ਜੀ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਇੱਕੋ ਜਿਹੇ ਗੈਪ ਤੇ ਇਹ ਵੀ ਜੀ ਰਾਤੀ ਸੂਈ ਜੋ ਅੱਛਾ ਇਹ ਵੀ ਰਾਤੀ ਸੂਈ ਆ ਹਾਂਜੀ ਇਹਦੇ ਮਗਰ ਵੱਛਾ ਜੀ ਅੱਛਾ ਇਹਦੇ ਮਗਰ ਵੱਛਾ ਆ ਗਿਆ ਇਹ ਵੀ 4 ਦੰਦ ਜੋ ਇਹ ਵੀ 4 ਦੰਦ ਆ ਤੇ ਕਿੰਨਾ ਕੁ ਚਵਾਈ ਜਾਓਗੇ ਇਹ ਮੰਨ ਲਓ ਇਹ ਵੀ 15 ਕਿ ਲੀਟਰ ਤੇ ਚੱਲੇ ਜਾਣਗੇ ਠੀਕ ਹੈ ਜੀ ਮੰਨ ਲਓ ਆਰਡਰ ਉਡਰ ਵਾਲਿਆ ਮਤਲਬ ਜਾਨ ਅਸਲ ਚ ਆ ਠੀਕ ਹੈ ਲੈ ਖੋਲੋ ਹਾਂ ਫਿਰ ਤੋਰ ਦਈਏ 15 ਕਿ ਲੀਟਰ ਦੇ ਕਰੀਬ ਜਿਹੜੇ ਵੀ ਕਹਿੰਦੇ ਕਿ ਚਵਾਈ ਜਾਓਗੇ ਪਹਿਲੇ ਸੂਏ ਲੈ ਜੀ ਬੀਬੀ ਇਹਦੇ ਵੀ ਭਲਾ ਭੁਲਾ ਜਿਹੜੀਆਂ ਹਵਾਲੇ ਤੇ ਪਈਆਂ ਬਾਕੀ ਜ਼ਿਆਦੀਆਂ ਤਰ ਪਹਿਲਣਾ ਹੀ ਆ ਅਜੇ ਜਿਤਰਾ ਜਿਤਰਾ ਚਵਾਈਆਂ ਹੋ ਗਈਆਂ ਥਣ ਹੋਰ ਵਧੇ ਕਰੂਗੀਆਂ ਤੇ ਇਹਦਾ ਵਿੱਚ ਕੀ ਰੱਖਣਾ ਮੁੱਲ ਇਹਦਾ ਵੀਰ ਜੀ 60,000 ਰੁਪਏ 60,000 ਆ ਆ ਤੁਹਾਨੂੰ ਵੀਰ ਜੀ ਪਤਾ ਤਾਂ ਹੈਗਾ ਹੁਣ ਵੱਛੀਆਂ ਤੇ ਬਲੋ ਘੱਟ ਮਿਲਦੀਆਂ ਉਹ ਵੀ ਦੰਦਾਂ 'ਚ ਹੁਣ ਹਾਂਜੀ ਹਾਂਜੀ ਇਹ ਸਾਰੀ ਹੈਗੀਆਂ ਦੰਦਾਂ ਦੀ 4 ਦੰਦ ਦੇ ਵੱਛੀਆਂ ਠੀਕ ਹੈ ਜੀ ਬਾਕੀ ਇਹ ਆ ਕਿ ਚਲੋ ਬਾਕੀ ਮਾਨਤਾਂ ਤੇ ਮੌਕੇ ਤੇ ਹੋਰ ਹੋ ਜਾਊਗਾ ਚਲੋ ਮੌਕੇ ਤੇ ਹੋ ਜਾਂਦਾ ਠੀਕ ਹੈ ਤੇ ਹੁਣ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਚੌਥੇ ਨੰਬਰ ਤੇ ਥਾਣੇ ਦੇਖ ਸਕਦੇ ਇਹਦੇ ਕਾ ਵੀ ਬੜਾ ਕਮਾਲ ਦਾ ਵਾ ਕਾਫੀ ਚੰਗਾ ਥਣ ਜਿਹੜਾ ਇਹਦੇ ਕਾ ਵੀ ਲੱਗਾ ਚੰਗੇ ਸਾਈਜ਼ ਤੇ ਇਹਦਾ ਕਿੰਨਾ ਸੂ ਅੱਜ ਵੀ ਜੀ ਇਹ ਵੀ ਜੀ ਤੇ ਜੇਸੂ ਇਹ ਕਹਿੰਦੇ ਜੋ ਘਰ ਵਾਲੇ ਅੱਛਾ ਇਹਦਾ ਤੇ ਚੌਥਾ ਚੱਲੋ ਅੱਛਾ ਤੀਸਰੇ ਚੌਥੇ ਦੇ ਲਾਗੇ ਬੰਨੇ ਜਿਹੜੀ ਹੈਗੀ ਆ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਹੋ ਗਏ ਜੋ 15 ਕਿਲੋ ਸੂਈ ਹੋ ਗਏ ਤੇ ਇਹਦੇ ਮਗਰ ਵੀ ਵੱਛੀ ਹਾਂ ਇਹਦੇ ਮਗਰ ਵੀ ਵੱਛੀ ਆ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਇਹਦੇ ਥਲੇ ਇਸ ਟਾਈਮ 22 ਲੀਟਰ ਦਾ ਹੈਗਾ ਅੱਛਾ 22 ਲੀਟਰ ਤਿਆਰ ਆ ਠੀਕ ਹੈ ਇਹਦੀ ਵੱਛੀ ਇੱਕ ਮਿੰਟ ਦਿਖਾ ਦਈਏ ਇਹਦੀ ਵੱਛੀ ਉਧਰ ਡੱਬੀ ਬੱਦੀ ਜੋ ਆਹ ਵੱਛੀ ਜਿਹੜੀ ਇਹਦੇ ਮਗਰ ਇਹਦੇ ਮਗਰ ਵੀ ਵੱਛੀ ਬੜੀ ਪਿਆਰੀ ਆ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਇਹਦੇ ਮਗਰ ਵੀ
ਬਾਕੀ ਚਿਹਰੇ ਵਾਲੇ ਵੇਖੀਏ ਤੇ ਛੋਟੇ ਛੋਟੇ ਕੰਨ ਆ, ਉਸ ਤਰ੍ਹਾਂ ਕੱਦ ਕਾਠ ਦੀ ਬੇਲਦੀ ਇਹ ਵੀ ਚੰਗੀ। ਲੈ ਜਾਓ ਵੀਰ ਜੀ, ਇਹਦੇ ਕੋਲ ਜਿਹੜਾ 22 ਲੀਟਰ ਮੌਕੇ ਦਾ ਜਿਹੜਾ ਤਿਆਰ ਦੱਸਦੇ ਆ, ਠੀਕ ਹੈ ਜੀ। ਬਾਕੀ ਹਵਾਨਾ ਇਹਦਾ ਵੀ ਕਾਹਨਾ ਵੀ ਚੰਗਾ, ਤੇ ਹਵਾਨਾ ਸ਼ਾਹਨਾ ਵੀ ਚੰਗਾ, ਉਹ ਤਾਂ ਕੋਈ ਲਮਕਣਾ ਹਵਾਨਾ ਨਹੀਂ ਹੈ ਇਹਦਾ ਵੀ। ਤੇ ਇਹਦਾ ਵੀਰ ਜੀ ਕੀ ਰੱਖਣਾ ਮੁੱਲ? ਇਹਦਾ ਵੀਰ ਜੀ 60,000 ਰੁਪਈਆ। 60,000 ਆ, ਤੇ 22 ਲੀਟਰ ਜਿਹੜਾ ਘਰੋਂ ਚਵਾ ਕੇ ਦੋਗੇ, ਠੀਕ ਹੈ ਜੀ, ਠੀਕ ਹੈ। ਤੇ ਕੋਈ ਗੱਲ ਬਾਤ ਨੀ, ਲਿਆ ਖੋਲੋ ਹੁਣ ਤੋਰ ਦਈਏ। ਬਾਕੀ ਕੁਛ ਕੁਛ ਭਲਾਂ ਜਿਹੜੀਆਂ ਇਹਦੇ ਵੀ ਪੈਂਦੀਆਂ, ਦਸ ਦਿਨ ਅਜੇ ਖੜਦੀ ਹੈ। ਹਾਈਟ ਲੈਂਥ ਪੱਖੋਂ ਜਿਹੜੀਆਂ ਸਾਰੀਆਂ ਚੰਗੀਆਂ ਵਾ, ਬਾਕੀ ਥੱਲਿਆਂ ਵੀ ਚੰਗੀ ਤਿਆਰ ਹੁੰਦੀ ਹੈ ਵੀ। ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ, ਵੈੜਾਂ ਜਿਹੜੀਆਂ ਸਾਰੀਆਂ ਚੰਗੇ ਕੱਦ ਕਾਠ ਵਾਲੀਆਂ, ਚੰਗੇ ਰਿਕਾਰਡ ਵਾਲੀਆਂ, ਜਿਹੜੇ ਵੀਰਾਂ ਨੂੰ ਹੁੰਦਾ ਕਿ ਸ਼ੌਕੀਨ ਵੈੜਾਂ ਹੋਣ ਅਤੇ ਚੰਗੇ ਦੁੱਧ ਵਾਲੀਆਂ ਹੋਣ, ਫਿਰ ਥੋੜ੍ਹਾ ਪੈਸੇ ਵੀ ਚੰਗੇ ਹੀ ਲੱਗਦੇ ਆ ਉਹਨਾਂ ਦੇ। ਬਾਕੀ ਜਿਹੋ ਜਿਹੀ ਚੀਜ਼ ਉਹੋ ਜਿਹਾ ਮੁੱਲ ਹੋ ਜਾਂਦਾ, ਲੈ ਜਾਓ ਵੀਰ ਜੀ। ਬਾਕੀ ਆਪਣੀ ਸਮਝ ਨਾਲ ਆਣ ਕੇ ਵੇਖੋ, ਚਵਾਈ ਕਰਕੇ, ਤਸੱਲੀ ਕਰਕੇ, ਪਾਸ ਕਰਕੇ, ਫਿਰ ਬਾਕੀ ਮਾਨਤਾ ਹੋ ਗਿਆ, ਇਹ ਵੀ 4, ਠੀਕ ਹੈ ਜੀ। ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਨਹੀਂ ਬਸ, ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ, ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।